ਆ ਇੱਕ ਵੀਰ ਦਾ ਮੈਸੇਜ ਹੈ ਕਿ ਸੁੱਖ ਸੋਚ ਮਾਰੋ ਭਾਜੀ ਥੱਪੜੇ ਤੇ ਲੈ ਵੀਰ ਤੇਰੀ ਇੱਛਾ ਪੂਰੀ ਆ। ਲਓ ਜੀ ਤੁਹਾਡੀ ਇੱਛਾ ਪੂਰੀ ਆ। ਠੱਗੀ ਧੋਖਾ ਧੜੀ ਪੰਜਾਬੀ ਹੀ ਪੰਜਾਬੀ ਨਾਲ ਕਰਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸੁਣਾਓ ਸਭ ਠੀਕ ਠਾਕ। ਕਾਫੀ ਪੰਜਾਬੀ ਵੀਰ ਜਿਹੜੇ ਨੇ ਉਹ ਬਾਹਰ ਜਾ ਕੇ ਸੈੱਟ ਹੋਣਾ ਚਾਹੁੰਦੇ ਨੇ ਕਿਉਂਕਿ ਇੰਡੀਆ ਦੇ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਨੇ ਅਤੇ ਕੁਝ ਸਕਸੈਸਫੁੱਲ ਹੋ ਜਾਂਦੇ ਨੇ ਅਤੇ ਕਈਆਂ ਨਾਲ ਠੱਗੀ ਵੱਜ ਜਾਂਦੀ ਹੈ, ਪੰਜਾਬ 'ਚ ਵੀ ਵੱਜ ਜਾਂਦੀ ਹੈ ਅਤੇ ਬਾਹਰ ਜਾ ਕੇ ਵੀ ਵੱਜ ਜਾਂਦੀ ਹੈ। ਇੱਦਾਂ ਨਵੇਂ ਨਵੇਂ ਕੇਸ ਹਰ ਰੋਜ਼ ਹੀ ਲੋਕਾਂ ਸਾਹਮਣੇ ਆਉਂਦੇ ਨੇ, ਚਾਹੇ ਕੈਨੇਡਾ ਹੋ ਜੇ, ਅਮੈਰੀਕਾ, ਯੂਰਪ। ਜਿਹੜੇ ਕੁਝ ਪੰਜਾਬੀ ਵੀਰ ਨੇ ਉਹ ਜੁਗਾੜ ਲੈ ਕੇ ਸੈੱਟ ਹੋਣਾ ਚਾਹੁੰਦੇ ਨੇ ਅਤੇ ਕੁਝ ਮਿਹਨਤ ਕਰਕੇ ਹੌਲੀ ਹੌਲੀ ਸੈੱਟ ਹੁੰਦੇ ਨੇ। ਜੁਗਾੜ ਵੀ ਕਾਫੀ ਹੱਦ ਤੱਕ 40-45% ਤੱਕ ਠੀਕ ਹੋ ਜਾਂਦਾ, ਲੱਗ ਜਾਂਦਾ ਅਤੇ ਜਿਹੜਾ 50-55% ਤੱਕ ਇਹ ਫੇਲ ਹੋ ਜਾਂਦਾ। ਕਈਆਂ ਦਾ ਜੁਗਾੜ ਸੈੱਟ ਆ ਗਿਆ, ਕਈਆਂ ਦਾ ਨਹੀਂ ਆਇਆ। ਹੁਣ ਗੱਲ ਕਰਦਾ ਜੀ ਮੈਂ ਸਾਈਪ੍ਰਸ ਦੇ ਵਿੱਚ ਹੁਣੇ ਹੁਣੇ ਰੀਸੈਂਟਲੀ ਘਟਨਾ ਵਾਪਰੀ ਆ। ਉੱਥੇ ਇੱਕ ਮੁੰਡਾ ਲੋਕਾਂ ਦੇ ਲੱਖਾਂ ਯੂਰੋ, ਲੱਖਾਂ ਪੈਸੇ ਲੈ ਕੇ ਭੱਜ ਗਿਆ, ਲੇਕਿਨ ਫਿਲਹਾਲ ਉਹ ਫੜਿਆ ਗਿਆ। ਗੱਲ ਇੱਦਾਂ ਕਿ ਉੱਥੇ ਵੀ ਕਈ ਜੁਗਾੜ ਲਾਉਣ ਫਿਰਦੇ ਨੇ ਮੇਰੇ ਵੀਰ। ਗੱਲ ਬਿਲਕੁਲ ਵੀਰ ਜੀ ਅਥੈਂਟਿਕ ਬੋਲਦਾ, ਪਹਿਲਾਂ ਮੈਂ ਕਹਿ ਦੇਣਾ ਵੀਰ ਜੀ ਜੇ ਕਿਸੇ ਨੂੰ ਮੇਰੇ ਵੀਰ ਨੂੰ ਗੁੱਸਾ ਲੱਗੇ ਤਾਂ ਆਈ ਐਮ ਰੀਲੀ ਸੋਰੀ, ਲੇਕਿਨ ਹੈ ਬਿਲਕੁਲ ਹੀ ਐਕੂਰੇਟ। ਉੱਥੇ ਬੰਦਾ 3-4 ਤਰੀਕੇ ਨਾਲ ਰਹਿ ਸਕਦਾ। ਫਸਟ ਬੰਦਾ ਸਟੂਡੈਂਟ ਵਿਜ਼ਾ ਜਾ ਕੇ, ਸੈਕਿੰਡ ਰਿਫਿਊਜੀ ਲੈ ਕੇ, ਥਰਡ ਜਿਹੜਾ ਬੰਦਾ ਵਰਕ ਪਰਮਿਟ 'ਤੇ ਜਾਂਦਾ, ਅਤੇ ਜਿਹੜਾ ਉਹ ਤੋਂ ਅਗਲਾ ਤਰੀਕਾ ਹੁੰਦਾ ਜੁਗਾੜ ਲਾ ਕੇ ਬੰਦਾ ਵਿਆਹ ਕਰਵਾ ਕੇ ਜਾਂਦਾ। ਲਓ ਸਾਹਿਬ ਤੁਸੀਂ ਕਿਸੇ ਤਰੀਕੇ ਦੇ ਨਾਲ ਹਰੇਕ ਮੁਲਕ ਦੇ ਵਿੱਚ ਇੱਦਾਂ ਲਗਭਗ ਹੋ ਜਾਂਦਾ। ਲੇਕਿਨ ਜਿਹੜਾ ਹੁਣ ਕੇਸ ਸਾਹਮਣੇ ਆਏ ਨੇ, ਹਰ ਰੋਜ਼ ਹੀ ਆਉਂਦੇ ਨੇ ਵੀ ਇੱਕ ਮੁੰਡਾ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਭੱਜ ਗਿਆ ਅਤੇ ਉਹਨੂੰ ਫਿਲਹਾਲ ਫੜਿਆ ਗਿਆ। ਤੁਸੀਂ ਵੀਡੀਓ ਵੀ ਦੇਖੋਗੇ ਅਤੇ ਤੁਸੀਂ ਆਪਣਾ ਵੀਡੀਓ ਤੋਂ ਪਹਿਲਾਂ ਵੀ ਤੁਸੀਂ ਥੋੜ੍ਹਾ ਜਿਹਾ ਕਲਿੱਪ ਦੇਖਿਆ ਅਤੇ ਵੀਡੀਓ ਤੁਸੀਂ ਪੂਰੀ ਦੇਖਿਓ। ਉਹ ਗੱਲ ਇੱਦਾਂ ਵਾ ਵੀਰ ਜੀ ਕਿ ਇਹ ਜਿਹੜਾ ਵੀਰ ਜੀ ਜੁਗਾੜ ਜਿਹੜਾ ਆ ਇਹ ਪਾਕਿਸਤਾਨੀ ਵੀਰ ਜਿਹੜੇ ਸੀ ਉਹ ਕਰਦੇ ਹੁੰਦੇ ਸੀ। ਅਤੇ ਇੱਕ ਗੱਲ ਹੋਰ ਵੀਰ ਜੀ, ਮੈਂ ਪਾਕਿਸਤਾਨ ਵਾਲੇ ਵੀਰਾਂ ਦੀ ਫੇਵਰ 'ਚ ਗੱਲ ਨਹੀਂ ਕਰਦਾ, ਲੇਕਿਨ ਹੈ ਬਿਲਕੁਲ ਅਥੈਂਟਿਕ ਗੱਲ, ਐਕੂਰੇਟ ਗੱਲ ਆ। ਤੁਸੀਂ ਪਤਾ ਕਰ ਸਕਦੇ ਹੋ ਜੇ ਤੁਹਾਡਾ ਕੋਈ ਬੰਦਾ ਸਾਈਪ੍ਰਸ ਦੇ ਵਿੱਚ ਜਾਂ ਯੂਰਪ ਦੇ ਵਿੱਚ ਕਿਤੇ ਵੀ ਰਹਿੰਦਾ। ਉਹਨਾਂ ਨੇ ਇਹ ਚੀਜ਼ ਸਟਾਰਟ ਕੀਤੀ ਸੀ, ਵਿਆਹ ਕਰਵਾ ਕੇ ਕਿਸੇ ਨੂੰ ਪੇਪਰ ਲੈ ਕੇ ਦੇਣੇ ਕੁਝ 700-800 ਯੂਰੋ ਦੇ ਵਿੱਚ, ਬਸ ਇੰਨੇ ਦੇ ਵਿੱਚ ਉਹ ਆਪਣਾ ਵਿਆਹ ਵੀ ਕਰਵਾ ਦਿੰਦੇ ਸੀ, ਸਪਰੋਟ ਕੁੜੀ ਦੇ ਨਾਲ, ਚਾਹੇ ਰੋਮਾਨੀਆ ਦੀ ਕੁੜੀ ਦੇ ਨਾਲ, ਚਾਹੇ ਬਲਗਾਰੀਅਨ ਕਿਸੇ ਵੀ ਕੁੜੀ ਦੇ ਨਾਲ ਵਿਆਹ ਕਰਵਾ ਕੇ ਪੇਪਰ ਲੈ ਦਿੰਦੇ ਸੀ। ਲੇਕਿਨ ਜਦੋਂ ਇਹ ਗੇਮ ਆ ਗਈ ਇੱਧਰ ਵਾਲੇ ਪੰਜਾਬੀਆਂ ਦੇ ਹੱਥ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਜੀ, ਅਤੇ ਇਹਨਾਂ ਨੇ ਥੋੜ੍ਹੇ ਜਿਹੇ ਲਾਲਚ ਦੇ ਲਈ ਕੀਤਾ ਕਿ ਵੀ ਜਿਹੜੇ ਉੱਧਰ ਦੇ ਜਿਹੜੇ ਵਕੀਲ ਸੀ। ਇੱਕ ਗੱਲ ਹੋਰ ਵੀਰ ਜੀ, ਉੱਧਰ ਏਜੰਟ ਪੁਣਾ ਇਲੀਗਲ ਆ, ਲੋਕੀ ਕਰਦੇ ਵੀ ਨਹੀਂ, ਛੁੱਪ ਛੁਪਾ ਕੇ ਕਰ ਲੈਂਦੇ ਨੇ, ਲੇਕਿਨ ਕਾਨੂੰਨੀ ਤੌਰ 'ਤੇ ਇਲੀਗਲ ਆ। ਆਪਾਂ ਵਕੀਲ ਦੇ ਥਰੂ ਹੀ ਆਪਣਾ ਸਾਰਾ ਕੰਮ ਕਰਾ ਸਕਦੇ ਹਾਂ ਅਤੇ ਜਿਹੜੇ ਏਜੰਟ ਲੋਕੀ ਮੁੰਡੇ ਬਣ ਜਾਂਦੇ ਇੱਧਰੋਂ ਜਾ ਕੇ, ਉਹ ਵੀ ਵਕੀਲ ਦੇ ਥਰੂ ਹੀ ਗੱਲ ਕਰਦੇ ਆ। ਅਤੇ ਜਿਹੜੇ ਇੱਧਰ ਵਾਲੇ ਪੰਜਾਬੀ ਦੇ ਹੱਥ ਵਿੱਚ ਜਿਹੜੀ ਗੇਮ ਆ ਗਈ ਸੀ ਅਤੇ ਇਹਨਾਂ ਨੇ ਥੋੜ੍ਹੇ ਜਿਹੇ ਪੈਸੇ ਦੀ ਖਾਤਰ ਵਕੀਲਾਂ ਨੂੰ ਕਹਿਣ ਲੱਗ ਪਏ ਵੀ ਤੁਸੀਂ ਇਸ ਤਰ੍ਹਾਂ ਕਰਿਓ ਵੀ ਤੁਸੀਂ ਉਹਨਾਂ ਉਹ 5,000 ਯੂਰੋ ਲੈ ਲਿਓ, 4,000 ਯੂਰੋ ਲੈ ਲਿਓ ਅਤੇ ਜਿੰਨੇ ਤੁਹਾਡੇ ਅੱਧੇ ਤੁਹਾਡੇ ਅੱਧੇ ਮੇਰੇ। ਸੋ ਉਹ ਜਿਹੜੇ ਉੱਧਰ ਦੇ ਵਕੀਲ ਵੀ ਸੋਚਣ ਲੱਗ ਪਏ ਵੀ ਇਹਨਾਂ ਕੋਲ ਪੈਸੇ ਸ਼ਾਇਦ ਜ਼ਿਆਦਾ ਆ ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਉੱਥੇ ਦਾ ਰੇਟ ਹੈ ਕਿੱਥੇ 500 ਯੂਰੋ, 600 ਯੂਰੋ, 700 ਯੂਰੋ ਹੁੰਦਾ ਸੀ, ਉਹ 7,000-7,000 ਯੂਰੋ ਤੱਕ ਚਲ ਗਿਆ ਅਤੇ ਲੋਕ ਹੋਰ ਠੱਗੀ ਦਾ ਸ਼ਿਕਾਰ ਹੋਣ ਲੱਗ ਪਏ। ਪਹਿਲਾਂ ਤੁਸੀਂ ਵੀਡੀਓ ਵੇਖੋ, ਫਿਰ ਅਸੀਂ ਅੱਗੇ ਗੱਲ ਕਰਦੇ ਹਾਂ। ਅੱਜ ਸਾਹਮਣੇ ਤੁਸੀਂ ਦੇਖ ਰਹੇ ਹੋ ਕਿਸੇ ਇੱਕ ਮਹਾਨ ਸ਼ਖਸੀਅਤ ਦਰਸ਼ਨ ਕਰਵਾਵਾਂ ਤੁਹਾਡੇ ਮੈਂ, ਕਿਉਂਕਿ ਅੱਜ ਮੈਂ ਸਾਰਿਆਂ ਨੂੰ ਰਿਪਲਾਈ ਦੇਣੇ ਆ ਇੱਕ ਆਹ ਲਾਈਵ ਦੇ ਜ਼ਰੀਏ। ਸੋ ਪਿੱਛੇ ਇੱਕ ਪੋਸਟ ਪਾਈ ਸੀ ਦੀਪਕ ਨਾਂ ਦੇ ਬੰਦੇ ਦੀ, ਠੀਕ ਆ ਜੀ। ਤਾਂ ਅੱਜ ਇਹ ਬੰਦੇ ਨੂੰ ਅਸੀਂ ਚੁੱਕਿਆ ਵਾ, ਜਿੰਨੇ ਵਿਆਹ ਦੇ ਚੱਕਰਾਂ 'ਚ ਇੰਨੇ ਕੁ ਲੋਕਾਂ ਦੇ ਇੰਨੇ ਪੈਸੇ ਖਾਧੇ ਆ ਇਸ ਬੰਦੇ ਨੇ। ਉਹ ਉਹਨਾਂ ਦੀਆਂ ਮਾਵਾਂ ਵੀ ਤੁਹਾਨੂੰ ਰੋ ਰੋ ਕੇ ਦੱਸਣਗੀਆਂ ਕਿ ਇਹ ਬੰਦੇ ਨੇ ਕੀ ਹਾਲਾਤ ਪੈਦਾ ਕੀਤੇ, ਸਾਡੀ ਕਮਿਊਨਿਟੀ ਨੂੰ ਕਿੰਨਾ ਕੁ ਬਦਨਾਮ ਕੀਤਾ ਸਾਈਪ੍ਰਸ ਦੇ ਵਿੱਚ। ਇਹ ਬੰਦਾ ਲੁਕ ਗਿਆ ਸੀਗਾ ਪਰ ਅੱਜ ਲੱਭਿਆ ਅਤੇ ਲਾਈਵ ਕੁਟਾਪਾ ਹੀ ਕਰਨ ਲੱਗੇ ਹਾਂ। ਤੁਸੀਂ ਸਾਰੇ ਵੇਖੋਗੇ ਅੱਜ ਸਾਰੇ ਜਣੇ ਲਾਈਵ ਇਸ ਬੰਦੇ ਦਾ ਕੁਟਾਪਾ, ਠੀਕ ਆ ਜੀ। ਇਹ ਬੰਦੇ ਦਾ ਨਾਮ ਦੀਪਕ ਆ ਜੀ, ਵਿਆਹਾਂ ਚੱਕਰਾਂ 'ਚ ਇਹਨੇ ਬੜੇ ਲੋਕਾਂ ਦੇ ਪੈਸੇ ਖਾਧੇ ਆ, ਠੀਕ ਆ। ਲੋਕਾਂ ਨੇ ਆਪਦੇ ਘਰਾਂ ਦੇ ਵਿੱਚ ਘਰ ਗਹਿਣੇ ਪਾ ਕੇ ਇੰਡੀਆ ਦੇ ਵਿੱਚ ਇਹਨੂੰ ਕਰਜ਼ਾ ਦਿੱਤਾ, ਪੈਸੇ ਦਿੱਤੇ, ਉਸ ਤੋਂ ਬਾਅਦ ਬੰਦਾ ਫਰਾਰ ਹੋ ਗਿਆ ਅਤੇ ਉਹੀ ਬੰਦਿਆਂ ਨੂੰ, ਮੁੰਡਿਆਂ ਨੂੰ ਵਿਚਾਰਿਆਂ ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਸਿਰਫ ਇਸ ਬੰਦੇ ਦੀ ਇੱਕ ਵਜ੍ਹਾ ਦੇ ਨਾਲ, ਠੀਕ ਆ ਜੀ। ਮੈਂ ਉਹ ਮੁੰਡੇ ਨੂੰ ਵੀ ਲੈ ਕੇ ਆਇਆ ਵਾਂ ਵੀਡੀਓ ਕਾਲ 'ਤੇ। ਹਾਂ ਬਾਈ ਵੀਰ ਜੀ ਦੱਸੋ ਤੁਸੀਂ ਇਹ ਬੰਦੇ ਦੇ ਕਰਤੂਤਾਂ, ਤੁਹਾਨੂੰ ਸਾਰਾ ਸਾਈਪ੍ਰਸ ਸੁਣ ਰਿਹਾ ਵਾ। ਹੈਲੋ, ਹਾਂਜੀ ਵੀਰ ਜੀ ਦੱਸੋ ਇਸ ਬੰਦੇ ਬਾਰੇ। ਹਾਂਜੀ ਹਾਂਜੀ ਵੀਰ ਜੀ, ਮੈਂ ਨਾ ਇਸ ਬੰਦੇ ਤੋਂ 8,000 ਯੂਰੋ ਲੈਣਾ, ਇਹ ਮੂੰਹ ਤੇ ਬੈਠਾ, ਇਹਨੂੰ ਪੁੱਛ ਲਓ ਵੀ ਇਹ ਤੋਂ ਇਹਨੇ ਲਿਆ ਕਿ ਨਹੀਂ ਲਿਆ। ਹਾਂ ਓਏ ਦੱਸ ਲੈ ਜਾਣਾ। ਹਾਂ ਓਕੇ ਅੱਗੇ ਬਾਈ। ਇਸ ਬੰਦੇ ਨੂੰ ਮੈਂ ਇੱਕ ਨਹੀਂ ਪੂਰੇ 1.5 ਸਾਲ ਇਹਦੇ ਮੈਂ ਤਰਲੇ ਕੱਢਦਾ ਰਿਹਾ ਕਿ ਮੇਰੇ ਪੈਸੇ ਵਾਪਸ ਕਰ ਦੇ, ਕਿ ਮੇਰੀ ਮਜਬੂਰੀ
ਐਕਸਪਾਇਰ ਹੋ ਗਿਆ ਇਸ ਕਰਕੇ ਮੈਨੂੰ ਇੰਡੀਆ ਵਾਪਸ ਜਾਣਾ ਪਿਆ। ਹਾਂਜੀ ਪਤਾ ਵੀ ਸੀਗਾ ਕਿ ਇਹ ਵਾਪਸ ਨਹੀਂ ਆ ਸਕਦਾ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਦੁਬਾਰਾ ਆਉਣ ਵਾਸਤੇ। ਠੀਕ ਆ, ਅੱਜ ਸਾਰਿਆਂ ਨੇ ਲਾਈਵ ਜ਼ਰੂਰ ਸ਼ੇਅਰ ਕਰਿਆ ਜੀ, ਇਹਦਾ ਕਰਤੂਤਾ ਪਤਾ ਲੱਗਣ ਜੀ, ਸਾਰਿਆਂ ਨੇ ਲਾਈਵ ਜ਼ਰੂਰ ਸ਼ੇਅਰ ਕਰਿਆ ਜੀ। ਪੈਸੇ ਦਿੱਤੇ ਘਰ ਕਹਿਣੇ ਪਾ ਕੇ, ਜਿਹਦੀ ਵਜ੍ਹਾ ਕਰਕੇ ਕਿ ਮੇਰੇ ਘਰਦਿਆਂ ਨੇ ਮੈਨੂੰ ਬੇਦਖਲ ਕੀਤਾ, ਸਾਡੀ 25-30 ਲੱਖ ਦੀ ਪ੍ਰੋਪਰਟੀ ਸੀ ਜਿਹੜੀ ਮੈਂ 4-5 ਲੱਖ ਰੁਪਏ ਚ ਗਹਿਣੇ ਪਾ ਕੇ ਇਹਨੂੰ ਦਿੱਤੀ ਹੈ। ਹਾਂਜੀ ਹਾਂਜੀ, ਇਹ ਤੁਹਾਡੀ ਮੰਮੀ ਨਾਲ ਮੈਂ ਗੱਲ ਕਰ ਸਕਦਾ? ਤੁਹਾਡੀ ਮੰਮੀ ਨੇ, ਤੁਹਾਡੀ ਮੰਮੀ ਕਿੱਥੇ ਨੇ? ਮੈਂ ਤੁਹਾਡੀ ਮੰਮੀ ਦੇ ਮੂੰਹੋਂ ਵੀ ਸੁਣਨਾ ਚਾਹੁੰਦਾ ਵਾਂ। ਪੂਰੇ ਸਾਈਪ੍ਰਸ ਇਹ ਲਾਈਵ ਦੇਖ ਰਿਹਾ ਜੀ। ਹਾਂਜੀ ਮਾਤਾ ਜੀ, ਸਤਿ ਸ੍ਰੀ ਅਕਾਲ ਜੀ। ਮਾਤਾ ਜੀ ਦੱਸੋ ਕੀ ਹਾਲਾਤ ਤੁਹਾਡੇ ਘਰ ਵਿੱਚ ਆਏ ਇਸ ਬੰਦੇ ਕਰਕੇ? ਇਹ ਬੰਦਾ ਅਜੇ ਲੱਭਿਆ ਵਾ। ਹਾਂਜੀ ਹਾਂਜੀ, ਦੱਸੋ ਤੁਸੀਂ ਸਭ ਕੁਛ। ਅੱਛਾ ਜੀ, ਮੇਰਾ ਪੁੱਤ, ਮੈਂ ਇੰਨੀ ਮਜਬੂਰ ਹੋ ਗਈ ਹਾਂ, ਤੁਸੀਂ ਜਾਣਦੇ ਜੀ ਨਾ ਮਾਂ ਦਾ ਦਿਲ ਕਿਸ ਤਰ੍ਹਾਂ ਦਾ ਹੁੰਦਾ ਧੀਆਂ ਪੁੱਤਾਂ ਤੋਂ ਬਿਨਾਂ। ਹਾਂਜੀ ਹਾਂਜੀ, ਬਿਲਕੁਲ ਜੀ। ਤੇ ਇਹਨੇ ਅਖੀਰ ਦੀ ਬਾਕੀ ਮੈਨੂੰ ਇੰਨਾ ਮਜਬੂਰ ਹੋਣਾ ਪੈ ਗਿਆ ਵੀ ਮੈਨੂੰ ਨਾ ਕਿ ਜੇ ਤੂੰ ਇਹਨੂੰ ਨਹੀਂ ਬੇਦਖਲ ਕਰਨਾ ਤੇ ਤੂੰ ਵੀ ਆਪਣੇ ਪੁੱਤ ਦੇ ਨਾਲ ਘਰੋਂ ਨਿਕਲਦੀ ਹੋ। ਅੱਛਾ ਜੀ, ਅੱਛਾ ਤਾਂ ਇਸ ਬੰਦੇ ਕਰਕੇ ਇੰਨੀ ਤੁਹਾਨੂੰ ਨੌਬਤ ਆਈ, ਤੁਸੀਂ ਆਪਦੇ ਮੁੰਡੇ ਨੂੰ ਵੀ ਘਰੋਂ ਬੇਦਖਲ ਕੀਤਾ ਸਿਰਫ ਇਸ ਬੰਦੇ ਦੀ ਵਜ੍ਹਾ ਕਰਕੇ? ਹਾਂਜੀ, ਇਹ ਦੇਖੋ ਇਹ ਬੰਦੇ ਕਰਕੇ ਤੁਸੀਂ ਸਾਰਿਆਂ ਨੇ ਸੁਣਿਆ ਕਿ ਇਹਨੇ ਹਾਲਾਤ ਕਿੱਦਾਂ ਦੇ ਪੈਦਾ ਕੀਤੇ ਆ। ਅਸੀਂ ਕਰੀਬ 8 ਜਣਿਆਂ ਨਾਲ ਕੰਟੈਕਟ ਕੀਤੇ ਆ, ਇਹਨੂੰ ਫੜਨ ਤੋਂ ਬਾਅਦ ਇਹ ਬੰਦਾ ਭੱਜ ਗਿਆ ਸੀਗਾ, ਬੀਚ ਤੋਂ ਪਾਫ ਹਾਊਸ ਦੇ ਵਿੱਚੋਂ ਇਹਨੂੰ ਫੜਿਆ ਵਾ ਤੇ ਇਹਨੂੰ ਛਿੱਤਰ ਫੇਰਦੇ ਹੀ ਘਰੇ ਲਿਆਂਦਾ ਵਾ, ਸਭ ਕੁਛ ਮਨਾਇਆ ਵਾ। ਠੀਕ ਆ ਜੀ, ਤੇ ਇਹ ਬੰਦੇ ਨੇ ਇਹੋ ਜਿਹੇ ਹਾਲਾਤ ਵੀ ਪੈਦਾ ਕਰਤੇ ਕਿ ਮਾਵਾਂ ਨੂੰ ਆਪਦੇ ਪੁੱਤਰ ਘਰੋਂ ਬੇਦਖਲ ਕਰਨ ਦੇਣ ਪਏ ਆ, ਤੇ ਇਹ ਬੰਦੇ ਕਰਕੇ ਸਾਈਪ੍ਰਸ ਦੇ ਵਿੱਚ ਸਾਰਾ ਭਾਰਤੀ ਭਾਈਚਾਰਾ ਬਦਨਾਮ ਹੁੰਦੇ ਆ ਇਹੋ ਜਿਹੇ ਬੰਦਿਆਂ ਕਰਕੇ। ਆਹ ਸ਼ਕਲ ਦੇਖੋ ਇਹ ਬੰਦੇ ਦੀ, ਇੰਨਾ ਲੁਕਿਆ ਪਰ ਅੱਜ ਅਸੀਂ ਲੱਭਿਆ ਵਾ ਇਸ ਬੰਦੇ ਨੂੰ। ਆਹ ਇੱਕ ਮਾਂ ਦਾ ਦੁੱਖ ਤੁਸੀਂ ਦੇਖ ਹੀ ਲਿਆ ਵਾ ਕਿ ਉਹ ਮਾਂ ਕਿਹੜੇ ਹਾਲਾਤ ਵਿੱਚੋਂ ਨਿਕਲੀ ਆ। ਸਾਈਪ੍ਰਸ ਵਾਲਿਓ, ਫੈਸਲਾ ਤੁਹਾਡੇ ਹੱਥ ਆ। ਤੁਸੀਂ ਕਹਿੰਦੇ ਹੋ ਨਾ ਕਿ ਜੰਟਾਂ ਦੀਆਂ ਮੂੰਹ ਚੁੱਕੇ ਦੀ ਪੋਸਟਾਂ ਪਾ ਦਿੰਦੇ, ਉਹ ਸਾਡੇ ਕੋਲ ਨਹੀਂ ਇਹ ਚੀਜ਼ਾਂ ਜਰੀਆਂ ਜਾਂਦੀਆਂ। ਇਹੋ ਜਿਹੇ ਬੰਦੇ ਜਦੋਂ ਸਾਹਮਣੇ ਆ ਜਾਂਦੇ ਆ ਨਾ, ਫਿਰ ਸਾਨੂੰ ਮਜਬੂਰ ਹੋ ਕੇ ਹੱਥ ਚੁੱਕਣਾ ਪੈਂਦਾ ਵਾ। ਠੀਕ ਹੈ ਨਾ, ਅੱਜ ਇਹ ਬੰਦੇ ਨੂੰ ਅਸੀਂ ਫੜਿਆ ਵਾ। ਹੋਰ ਵੀ ਬੜੇ ਏਜੰਟ ਸਾਡੀ ਹਿੱਟ ਲਿਸਟ ਵਿੱਚ ਹੈਗੇ ਆ, ਠੀਕ ਹੈ ਨਾ, ਉਹ ਵੀ ਨਕੋਸ਼ਿਆ ਦੇ ਵਿੱਚ ਬੈਠੇ ਆ। ਸ਼ਰਨ ਦਿਓਲ ਹੋ ਗਿਆ, ਜਿੱਦਾਂ ਮੇਜਰ ਹੋ ਗਿਆ, ਜਿਹੜਾ ਵਿਆਹ ਕਰਾਉਂਦੇ ਫਿਰਦੇ, ਸਾਰੇ ਚੱਕਣੇ ਆ ਵਾਰੀ ਵਾਰੀ। ਠੀਕ ਹੈ ਨਾ, ਹੋਰ ਵੀ ਬੜੇ ਜਿਹੜੇ ਵੀ ਬੰਦੇ ਨੇ ਪੈਸੇ ਕਢਵਾਉਣੇ ਆ ਉਹ ਪੇਜ ਤੇ ਮੈਸੇਜ ਕਰ ਦਿਓ, ਠੀਕ ਹੈ, ਤੁਹਾਡੇ ਸਾਰਿਆਂ ਦੇ ਪੈਸੇ ਨਿਕਲ ਜਾਣਗੇ। ਅੱਜ ਇਹ ਬੰਦਾ ਕਾਬੂ ਵੀ ਕੀਤਾ ਵਾ, ਠੀਕ ਹੈ ਜੀ, ਬਾਕੀ ਫੈਸਲਾ ਤੁਹਾਡੇ ਹੱਥ ਆ। ਇਹ ਚਵਲ ਬੰਦੇ ਨੇ, ਇੰਨੇ ਕੋਈ ਕੁੱਤੇ ਭਕਾਈ ਕਰਵਾਈ ਇਹ ਬੰਦੇ ਨੇ, ਇੰਨੇ ਕੁੱਤੇ ਭਕਾਈ ਕਰਵਾਈ। ਠੀਕ ਆ ਵੀਰ, ਆ ਇੱਕ ਵੀਰ ਦਾ ਮੈਸੇਜ ਹੈ ਕਿ ਸੁੱਖ ਸੋਚ ਮਾਰੋ ਭਾਜੀ ਥੱਪੜ ਇਹਦੇ, ਲੈ ਵੀਰ ਤੇਰੀ ਇੱਛਾ ਪੂਰੀ ਆ। ਲਓ ਜੀ, ਤੁਹਾਡੀ ਇੱਛਾ ਪੂਰੀ ਆ ਇਹਦਾ। ਇਸ ਬੰਦੇ ਨੇ ਆਹ ਸ਼ਕਲ ਧਿਆਨ ਨਾਲ ਵੇਖ ਲਓ, ਜੇ ਹੋਰ ਹੀ ਕੋਈ ਬੰਦਾ ਪੀੜਤ ਆ, ਹਾਲਾਂਕਿ ਸਾਡੇ ਕੋਲੋਂ 8-9 ਜਣਿਆਂ ਦੇ ਕੰਟੈਕਟ ਆ ਚੁੱਕੇ ਨੇ ਕਿ ਭਾਜੀ ਇੱਦਾਂ ਗੱਲ ਆ। ਠੀਕ ਆ ਜੀ, ਇੱਕ ਫਿਲੀਪੀਨ ਦੇ ਵੀ ਪੈਸੇ ਖਾਧੇ ਨੇ ਵੀਰ ਜੀ, ਨਾ ਬੋਲੋ ਫਿਲੀਪੀਨਸ, ਕਿਹੜੇ ਬੰਦੇ ਨੇ ਪੈਸੇ ਖਾਧੇ ਹੋਏ ਫਿਲੀਪੀਨ? ਵੀਰ ਜੀ ਕੁਲਬੀਰ ਸਿੱਧੂ ਨਾਮ ਦੀ ਇੱਕ ਫੇਸਬੁੱਕ ਆਈ ਡੀ ਮੈਸੇਜ ਕਰ ਰਹੀ ਹੈ, ਆਪਾਂ ਕਰ ਦਿੰਦੇ ਹਾਂ ਕੰਪਲੇਟ, ਇਹ ਆਪਣੀ ਹੈਲਪ ਕਰਨਗੇ, ਦੇਖ ਲਾ ਕੰਪਲੇਟ। ਵੀਰ ਜੀ ਕੰਪਲੇਟ ਤਾਂ ਆਲਰੇਡੀ ਕਰ ਦਿੱਤੀ ਆ, ਬਸ ਚੰਦ ਕੁ ਮਹਿਮਾਨ ਆ, ਚੰਦ ਕੁ ਮਿੰਟਾਂ ਦਾ ਮਹਿਮਾਨ ਇਹ ਬੰਦਾ ਜਾ ਰਿਹਾ ਵਾ। ਠੀਕ ਆ, ਹਾਂਜੀ, ਜਿੱਦਾਂ ਤੁਸੀਂ ਹੁਣ ਇਹ ਵੀਡੀਓ ਵੇਖੀ ਆ, ਤੇ ਵੀਡੀਓ ਦੇ ਵਿੱਚ ਜਿਹੜੀ ਵੀ ਇਹ ਮੁੰਡੇ ਨੂੰ ਕੁੱਟ ਪੈ ਰਹੀ ਹੈ, ਇਹਨੇ ਵੀ ਇਸ ਤਰ੍ਹਾਂ ਹੀ ਜਿਹੜੇ ਭੋਲੇ ਭਾਲੇ ਮੁੰਡੇ ਸੀ ਉਹਨਾਂ ਕੋਲ ਠੱਗੇ ਪੈਸੇ, ਕਿਉਂਕਿ ਬੰਦਾ ਜਗਾੜ ਲਾ ਕੇ, ਉਹੀ ਗੱਲ ਵੀ ਜਗਾੜ ਲਾ ਕੇ ਸੈੱਟ ਹੋਣਾ ਚਾਹੁੰਦਾ, ਅਤੇ ਜਗਾੜ ਲੋਕਾਂ ਨੇ ਇਹਨੂੰ ਪੈਸੇ ਦੇ ਦਿੱਤੇ ਆ, ਅਤੇ ਪੈਸੇ ਦੇਣ ਤੋਂ ਬਾਅਦ ਬੰਦਾ ਵਿਆਹ ਕਰਵਾ ਕੇ ਉੱਥੇ ਕੋਈ ਫਾਰਮ ਲੈ ਲੂਗਾ, ਕੋਈ ਨਾ ਕੋਈ ਆਪਣਾ ਉੱਥੇ ਰੈਜੀਡੈਂਸ ਲੈ ਕੇ, ਜਾਂ ਮਤਲਬ ਵੀ ਕੋਈ ਕਾਰਡ ਲੈ ਕੇ, ਜਿੱਦਾਂ ਗ੍ਰੀਨ ਕਾਰਡ ਬੋਲ ਦਿੰਦੇ ਨੇ ਸਾਈਪ੍ਰਸ ਦੇ ਵਿੱਚ, ਇਸ ਤਰ੍ਹਾਂ ਦਾ ਕਾਰਡ ਹੁੰਦਾ, ਅਤੇ ਉਹ ਮੁੰਡਾ ਪੈਸੇ ਲੈ ਕੇ ਭੱਜ ਗਿਆ।
ਠੀਕ ਹੈ, ਗਲਤੀ ਆਪਣੀ ਵੀ ਹੈ ਇਹਦੇ ਵਿੱਚ, ਆਪਣੀ ਗਲਤੀ ਇਹ ਹੈ ਕਿ ਅਸੀਂ ਮਤਲਬ ਕਿ ਛੇਤੀ ਕੋਈ ਥੋੜ੍ਹੇ ਟਾਈਮ ਦੇ ਵਿੱਚ ਪੱਕੇ ਹੋਣ ਦੀ ਜਾਂ ਮਤਲਬ ਕਿ ਆਪਣਾ ਕਾਰਡ ਲੈਣ ਦੀ ਵਰਕ ਪਰਮਿਟ ਵਰਕ ਕਰਨ ਦੀ ਅਸੀਂ ਸੋਚ ਲਿਆ, ਲੇਕਿਨ ਅਸੀਂ ਏਜੰਟ ਬਾਰੇ ਜਿਹੜਾ ਮੁੰਡਾ ਸਾਨੂੰ ਕੋਈ ਨਾ ਕੋਈ ਕੰਮ ਕਰਵਾ ਰਿਹਾ ਉਹਦੇ ਬਾਰੇ ਨਹੀਂ ਸੋਚਿਆ, ਉਹਦੇ ਬਾਰੇ ਐਨਲਾਈਜ਼ ਨਹੀਂ ਕੀਤਾ ਉਹ ਕਿਵੇਂ ਦਾ ਆ, ਕਿਵੇਂ ਕੰਮ ਕਰਾਉਂਦਾ, ਨਹੀਂ ਕੁਝ ਦੇਖਿਆ, ਸਿੱਧੇ ਪੈਸੇ ਕਰਾਉਣ ਦੀ ਕੀਤੀ। ਅਤੇ ਉਹ ਜਿਹੜਾ ਮੁੰਡਾ ਆ ਉਹਦੀ ਮਾਂ ਵੀ ਤੁਹਾਨੂੰ ਪਤਾ ਕਿਵੇਂ ਮਤਲਬ ਕਿ ਕੁਰਲਾ ਰਹੀ ਸੀ ਵੀ ਸਾਡੇ ਪੈਸੇ ਮਰ ਗਏ, ਸਾਡਾ ਸਾਡੇ ਨਾਲ ਇਹਨੇ ਧੋਖਾ ਕਰ ਲਿਆ। ਲੇਕਿਨ ਸਭ ਤੋਂ ਪਹਿਲਾਂ ਤਾਂ ਵੀਰ ਜੀ ਆਪਾਂ ਹੀ ਖੁਦ ਆਪਣੇ 'ਚ ਅਵੇਅਰ ਹੋਈਏ, ਠੀਕ ਹੈ, ਜੁਗਾੜ ਲਾਓ ਲੇਕਿਨ ਉਹ ਵੀ ਸੋਚ ਸਮਝ ਕੇ ਲਾਓ। ਬਾਕੀ ਵੀਰ ਜੀ ਜੇ ਕਿਸੇ ਨੂੰ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ ਜ਼ਰੂਰ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਵੀ ਮੈਨੂੰ ਫੋਲੋ ਕਰਿਓ, ਇੱਧਰ ਆਈਡੀ ਆ ਰਹੀ ਹੈ ਅਤੇ ਇੰਸਟਾਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਆ। ਬਾਕੀ ਵੀਰ ਜੀ ਜਿਉਂਦੇ ਵੱਸਦੇ ਰਹੋ, ਰੱਬ ਰੱਖਾ।